दर्शन परस है खसम तख समे सच्चे ਸਜਨ ਸਚਾ ਪਾਤਸਾਹੋ ਜਿਸ ਪਾਸ ਬੈਠਿਆ ਇੱਕ ਅੰਕਾਰ ਸਤ ਗੁਰੂ ਸ੍ਰੀ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਸੁਨ ਕਲਗੀ ਤਰ ਮ੍ਰਿਤਲ ਉਚਾਰੇ ਪਹੁੰਚੇ ਤੋ ਤੂ ਸਤਿਗੁਰ ਪਿਆਰੇ ਸਿੱਖ ਨੇ ਕੀਨ ਭਾਵਨਾ ਜੋਏ ਮੁਝ ਸੋ ਦੇਹੋ ਪੂਰ ਹ ਸੋਏ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਤੈ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਕਥਾ ਸਰਵਨ ਕਰਨ ਵਾਸਤੇ ਆਪਾਂ ਪਹੁੰਚੇ ਆਂ ਇੱਕ ਪਰਿਵਾਰ ਨੇ ਬੜਾ ਸੋਹਣਾ ਚੂੜਾ ਬਣਵਾ ਕੇ ਗੈਂਡੇ ਦੇ ਇਹ ਬਣਿਆ ਹੋਇਆ ਚੂੜਾ ਹੈ ਇਹਦੇ ਵਿੱਚ ਹੀਰੇ ਲੱਗੇ ਹੋਏ ਨੇ ਸੋਨੇ ਦੀ ਕਢਾਈ ਕੀਤੀ ਹੋਈ ਬੜਾ ਮਹਿੰਗੇ ਮੁੱਲ ਦਾ ਇਹ ਚੂੜਾ ਇੱਕ ਮਸੰਦ ਨਾਮ ਹੈ ਭਾਈ ਚੇਤੋ ਉਸ ਨੂੰ ਦੇ ਦਿੱਤਾ ਦਸਵੇਂ ਪਾਤਸ਼ਾਹ ਨੂੰ ਭੇਟ ਕਰ ਦਿਓ ਮਹਾਰਾਜ ਦਾ ਪਰਿਵਾਰ ਪੈਨੇਗਾ ਚੇਤੋ ਮਸੰਦ ਨੇ ਉਹ ਚੂੜਾ ਆਪਣੇ ਘਰ ਵਿੱਚ ਰੱਖ ਲਿਆ ਕੁਝ ਮਹੀਨਿਆਂ ਬਾਅਦ ਉਹ ਸਿੱਖ ਆਇਆ ਜਿਨੇ ਚੂੜੇ ਦੀ ਸੇਵਾ ਕੀਤੀ ਹੈ ਚੇਤੋ ਮਸੰਦ ਨੇ ਬੜੇ ਯਤਨ ਕੀਤੇ ਇਹ ਗੁਰੂ ਪਾਤਸ਼ਾਹ ਕੋਲ ਨਾ ਜਾਵੇ ਪਹੁੰਚ ਨਾ ਸਕੇ ਔਰ ਘਟ ਘਟ ਕੇ ਅੰਦਰ ਕੀ ਜਾਣ ਤ ਸਤਿਗੁਰੂ ਜਾਣ ਗਏ ਸਿੱਖ ਨੂੰ ਕੋਲ ਬੁਲਾਇਆ ਬਚਨ ਬਲਾਸ ਮਹਾਰਾਜ ਨੇ ਪੁੱਛਿਆ ਸਤਿਗੁਰਾਂ ਨੇ ਚੀਤੋ ਮਸੰਦ ਨੂੰ ਵੀ ਬੁਲਾਇਆ ਸਿੱਖ ਪੁੱਛਦਾ ਪਿਆ ਕਿ ਮੇਰੀ ਵਸਤੂ ਕਿੱਥੇ ਹੈ ਕਿਵੇਂ ਦਿੱਤੀ ਹੈ ਕਿ ਨਹੀਂ ਦਿੱਤੀ ਹੈ ਸਤਿਗੁਰੂ ਵੀ ਪੁੱਛਣ ਲੱਗੇ ਨੇ ਨਾਲੇ ਬਚਨ ਬਲਾਸ ਕਰਨ ਲੱਗੇ ਆਓ ਮਿਲ ਕੇ ਅਜ ਦਾ ਇਤਿਹਾਸ ਸਰਵਨ ਕਰੀਏ ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਣ ਕਲਗੀ ਤਰ ਮ੍ਰਿਤਲ ਉਚਾਰੇ ਸਤਗੁਰਾਂ ਦੇ ਕੋਲ ਸਿੱਖ ਬੈਠਾ ਹੋਇਆ ਜਿਨੇ ਚੂੜੇ ਦੀ ਸੇਵਾ ਕੀਤੀ ਹੈ ਚੂੜਾ ਜਿਹੜਾ ਵਿਆਹ ਵਾਲੇ ਸਮੇਂ ਲੜਕੀਆਂ ਹੱਥ ਵਿੱਚ ਪਾਉਂਦੀਆਂ ਇਹ ਉਹ ਚੂੜਾ ਹੈ ਜਿਹੜੇ ਸਿੱਖ ਨੇ ਦਿੱਤਾ ਉਹ ਵੀ ਕੋਲ ਬੈਠਾ ਹੋਇਆ ਮਹਾਰਾਜ ਮੇਰਾ ਚੂੜਾ ਤੁਹਾਡੇ ਤੱਕ ਨਹੀਂ ਪਹੁੰਚਿਆ ਚੇਤੋ ਮਸੰਦ ਵੀ ਕੋਲ ਬੈਠਾ ਹੋਇਆ ਜਦੋਂ ਸਾਰਾ ਵਾਰਤਾ ਲਾਹ ਮਹਾਰਾਜ ਨੇ ਸੁਣਿਆ ਤਾਂ ਫਿਰ ਮਹਾਰਾਜ ਬੋਲੇ ਫੈਸਲਾ ਕਰਨ ਵਾਸਤੇ ਮਹਾਰਾਜ ਨੇ ਡਾਟਿਆ ਨਹੀਂ ਚੇਤੋ ਮਸੰਦ ਨੂੰ ਝਿੜਕਿਆ ਨਹੀਂ ਬੜੇ ਮ੍ਰੇਦੂਲੇ ਜਿਹੜੇ ਬਚਨ ਨੇ ਕੋਮਲ ਬਚਨ ਪਿਆਰ ਤੇ ਸਤਕਾਰ ਵਾਲੇ ਬਚਨ ਮਹਾਰਾਜ ਉਸ ਵੇਲੇ ਚੇਤੋ ਮਸੰਦ ਨੂੰ ਕਹਿ ਲੱਗੇ ਹਨ ਪੋ ਚੇਤੋ ਤੂੰ ਸਤਗੁਰ ਪਿਆਰੇ ਲੱਗੇ ਹੈ ਭਾਈ ਚੇਤੋ ਤੂੰ ਸਾਨੂੰ ਬਹੁਤ ਪਿਆਰਾ ਹੈ ਜੀਵਨ ਦੇ ਵਿੱਚ ਕੰਮ ਕਰਦੇ ਆ ਜੀਵਨ ਵਿੱਚ ਵਿਚਰਦੇ ਆ ਕਈ ਤਰ੍ਹਾਂ ਦੇ ਉਤਰਾ ਚੜਾ ਆ ਜਾਂਦੇ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਜਾਂ ਆ ਜਾਂਦੀਆਂ ਤੂੰ ਸਾਨੂੰ ਬਹੁਤ ਪਿਆਰਾ ਹੈ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਸਿੱਖ ਨੇ ਕੀਨ ਭਾਵਨਾ ਜੋਏ ਇਹ ਜਿਹੜਾ ਸਿੱਖ ਬੈਠਾ ਨਾ ਕੋਲ ਆ ਕੇ ਇਹਨੇ ਚੂੜਾ ਤਾਂ ਭੇਜਿਆ ਸੀ ਕਿ ਉਹ ਸਾਡੇ ਘਰ ਵਿੱਚ ਆਵੇ ਇਹਦੀ ਇੱਕ ਭਾਵਨਾ ਹੈ ਗੁਰੂ ਘਰ ਨੂੰ ਚੂੜੇ ਦੀ ਭੁੱਖ ਨਹੀਂ ਹੈ ਨਾ ਕੋਈ ਚੂੜਾ ਐਡੀ ਵੱਡੀ ਅਹਿਮੀਅਤ ਰੱਖਦਾ ਜੇ 10ਵੇਂ ਪਾਤਸ਼ਾਹ ਮਹਾਰਾਜ 9 ਕਰੋੜ ਰੁਪਈਆ ਸਤਲੁਜ ਦਰਿਆ ਵਿੱਚ ਰੋੜ ਸਕਦੇ ਤੇ ਚੂੜਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਮਹਾਰਾਜ ਵਾਸਤੇ ਇੱਕ ਭਾਵਨਾ ਹੈ ਜਿਵੇਂ ਇੱਕ ਕਾਬਲ ਦੇ ਸਿੱਖ ਨੇ ਮਹਾਰਾਜ ਨੂੰ ਦਿਲਬਾਗ ਤੇ ਗੁਲਬਾਗ ਭੇਟ ਘੋੜੇ ਭੇਟ ਕਰਨ ਵਾਸਤੇ ਲਿਆਇਆ ਨਾ ਤੇ ਲਾਹੌਰ ਦੇ ਕਿਲੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਗਿਆ ਇਹਦਾ ਮਤਲਬ ਇਹ ਨਹੀਂ ਵੀ ਸਤਗੁਰਾਂ ਕੋਲ ਘੋੜੇ ਨਹੀਂ ਸਨ ਜਾਂ ਮਹਾਰਾਜ ਉਹ ਜਾ ਘੋੜਾ ਲੈ ਨਹੀਂ ਸਨ ਸਕਦੇ ਘੋੜਸਵਾਰਾਂ ਦੀ ਤੇ ਫੌਜ ਹੈ ਮਹਾਰਾਜ ਦੇ ਕੋਲ ਪਰ ਗੱਲ ਇਹ ਸੀ ਵੀ ਇਹਦੀ ਭਾਵਨਾ ਹੈ ਵੀ ਇਹਦਾ ਘੋੜਾ ਸਾਡੇ ਕੋਲ ਆਵੇ ਗੁਰੂ ਉਸ ਘੋੜੇ ਉੱਪਰ ਬੈਠੇ ਇਹ ਇਹਦੀ ਭਾਵਨਾ ਹੈ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਵਿधिਚੰਦ ਨੂੰ ਭੇਜ ਕੇ ਘੋੜੇ ਮੰਗਵਾਏ ਹੁਣ ਇੱਥੇ ਗੁਰਮੁਖੋ ਚੂੜੇ ਚੂੜੇ ਦੀ ਗੱਲ ਆ ਗਈ ਚੂੜੇ ਦੀ ਕੋ ਘਾਟ ਨਹੀਂ ਹੈ ਗੁਰੂ ਨਾ ਮਾਇਆ ਦੀ ਨਾ ਤੜ ਦੀ ਗੱਲ ਇਹ ਹੈ ਕਿ ਉਹਦੀ ਇਹ ਇੱਛਾ ਹੈ ਕਿ ਮੇਰਾ ਇਹ ਗੁਰੂ ਘਰ ਹੀ ਵਸਤੂ ਪਹੁੰਚੇ ਤੇ ਸਤਿਗੁਰਾਂ ਨੇ ਤਾਂ ਆਖਿਆ ਕਹਿਣ ਲੱਗੇ ਵੀ ਇਹਦੀ ਭਾਵਨਾ ਜਿਹੜਾ ਕੋਲ ਬੈਠਾ ਹੈ ਨਾ ਇਹਦੀ ਭਾਵਨਾ ਇਹ ਆ ਵੀ ਉਹਦਾ ਚੂੜਾ ਸਾਡੇ ਤੱਕ ਪਹੁੰਚ ਨਾ ਕਰੇ ਮੁਜ ਸੋ ਦੇਹੁ ਪੂਰੀ ਅਹਿਸੋਏ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਉਹ ਚੂੜਾ ਆਪਣੇ ਘਰ ਵਿੱਚ ਜਾ ਜਾਂ ਜਿੱਥੇ ਵੀ ਹੈ ਲੈ ਕੇ ਸਾਨੂੰ ਦੇ ਦੇ ਸਾਨੂੰ ਦੇਵੇਂਗਾ ਇਹਦੀ ਭਾਵਨਾ ਪੂਰੀ ਹੋ ਜਾਏਗੀ ਵੀ ਮੇਰੀ ਚੀਜ਼ ਗੁਰੂ ਕੋਲ ਚਲੇ ਗਈ ਹੈ। ਇਹਦੀ ਸ਼ਰਧਾ ਪੂਰੀ ਹੋ ਜਾਵੇਗੀ ਇਹਦੀ ਭਾਵਨਾ ਪੂਰੀ ਹੋ ਜਾਣੀ ਹੈ। ਲਿਝੇ ਫਿਰ ਇੱਕ ਦੋਏ ਦਿਨ ਮਾਹੀ ਮਹਾਰਾਜ ਕਹਿੰਦੇ ਤੇਰੇ ਨਾਲ ਵਾਦਾ ਕਰਦੇ ਆਂ ਤੇਰਾ ਚੂੜਾ ਅਸੀਂ ਰੱਖਾਂਗੇ ਵੀ ਨਹੀਂ। ਇੱਕ ਦੋ ਦਿਨ ਰੱਖਾਂਗੇ ਇਹ ਸਿੱਖ ਇੱਥੇ ਸਾਡੇ ਕੋਲ ਰਹੇਗਾ ਇਹ ਵੇਖ ਲਵੇਗਾ ਵੀ ਗੁਰੂ ਪਾਤਸ਼ਾਹ ਕੋਲ ਚੂੜਾ ਮੇਰਾ ਆ ਗਿਆ ਹੈ। ਇਦੀ ਭਾਵਨਾ ਪੂਰੀ ਹੋ ਜਾਏਗੀ ਉਹ ਚੂੜਾ ਅਸੀਂ ਤੈਨੂੰ ਵਾਪਸ ਦੇ ਦੇਵਾਂਗੇ ਮਹਾਰਾਜ ਨੇ ਬੜਾ ਸਤਕਾਰ ਦਿੱਤਾ ਨਿੱਕੀ ਜੀ ਕਮੀ ਪੇਸ਼ੀ ਗਲਤੀ ਜੀਵਨ ਵਿੱਚ ਆ ਜਾਵੇ ਦੁਨੀਆ ਦੇ ਲੋਕ ਉਸ ਨੂੰ ਵੜਿਆਉਂਦੇ ਨੇ ਵਧਾਉਂਦੇ ਨੇ ਪਰ ਗੁਰੂ ਪਾਤਸ਼ਾਹ ਕਹਿ ਰਹੇ ਨੇ ਤੂੰ ਦੇ ਦੇ ਸਾਨੂੰ ਤੂੰ ਵਾਪਸ ਲੈ ਲਵੀਂ ਦੋ ਕੁ ਦਿਨਾਂ ਤੱਕ ਤੇਰਾ ਹੀ ਹੈ ਅਸੀਂ ਰੱਖਦੇ ਨਹੀਂ بس కేਵਲ ਇਹਦੀ ਭਾਵਨਾ ਜਿਹੜਾ ਲੈ ਕੇ ਆਇਆ ਇਹਨੂੰ ਪਤਾ ਲੱਗ ਜਾਵੇ ਵੀ ਮੇਰੀ ਵਸਤੂ ਗੁਰੂ ਕੋਲ ਆ ਗਈ ਹੈ ਫਿਰ ਅਸੀਂ ਤੈਨੂੰ ਵਾਪਸ ਕਰ ਦੇਵਾਂਗੇ ਦੇਖ ਰਖੈ ਤੁਜ ਤੇ ਹਮ ਨਹੀਂ ਮਹਾਰਾਜ ਕਹਿਣ ਲੱਗੇ ਅਸੀਂ ਵੇਖਣਾ ਹੀ ਹੈ ਰੱਖਦੇ ਨਹੀਂ ਤੇ ਨਾਲ ਬਚਨ ਕਰ ਲਿਆ ਵੀ ਤੇਰਾ ਚੂੜਾ ਜਿਹੜਾ ਤੂੰ ਰੱਖਿਆ ਜਾਂ ਜੋ ਵੀ ਤੂੰ ਕੀਤਾ ਅਸੀਂ ਰੱਖਦੇ ਨਹੀਂ ਕੇਵਲ ਵੇਖਾਂਗੇ ਵੇਖ ਕੇ ਤੈਨੂੰ ਦੇ ਦੇਣਾ ਹੈ ਨੀਡਰ ਹੋਏ ਕਰ ਕੋਪ ਉਚਾਰਿਓ ਸਤਗੁਰੂ ਪਾਤਸ਼ਾਹ ਨੇ ਜਦੋਂ ਕੀਤੇ ਨਾ ਬਚਨ ਤੇ ਕਹਿ ਲੱਗੇ ਵੀ ਇਹਨੇ ਸਤਗੁਰਾਂ ਦਾ ਫਿਰ ਡਰ ਨਹੀਂ ਮੰਨਿਆ ਗੁੱਸੇ ਵਿੱਚ ਆ ਗਿਆ ਚੇਥੋ ਮਸਾਲਾ ਮਾਰਾ ਆਇ ਤੇ ਪ੍ਰੇਮ ਨਾਲ ਕਹਿ ਰੈ ਨਿਮਰਤਾ ਨਾਲ ਕਹਿ ਰੈ ਵੀ ਚੂੜਾ ਦੇ ਦੇ ਦੋ ਜਨਾਂ ਨੂੰ ਲੈ ਜਾਈ ਇਹ ਬਚਨ ਸੁਣ ਕੇ ਨਡਰ ਹੋ ਗਿਆ ਡਰ ਨਹੀਂ ਰੱਖਿਆ ਗੁਰੂ ਦਾ ਬੜੇ ਗੁੱਸੇ ਵਿੱਚ ਕਹਿਣ ਲੱਗਾ ਇਹੋ ਤੋ ਸਾਖਤ ਗੁਰੂ ਕੋ ਮਾਰਿਓ ਗੁਰੂ ਪਾਤਸ਼ਾਹ ਦੇ ਸਾਹਮਣੇ ਬੋਲ ਪਿਆ ਮਹਾਰਾਜ ਇਹ ਸਾਖਤ ਹੈ ਸਾਖਤ ਤੋਂ ਭਾਵ ਉਹ ਨਾ ਪਾਪੀ ਮਹਾਰਾਜ ਆ ਜਿਹੜਾ ਬੰਦਾ ਚੂੜੇ ਲਿਆਉਣ ਦੀ ਗੱਲ ਕਰਦਾ ਏ ਪਾਪੀ ਹੈ ਔਰ ਇਹ ਗੁਰੂ ਦਾ ਮਾਰਿਆ ਹੋਇਆ ਗੁਰੂ ਵੱਲੋਂ ਮਰਿਆ ਹੋਇਆ ਗੁਰੂ ਦੇ ਸਾਹਮਣੇ ਗੁਰੂ ਦੇ ਸਿੱਖ ਨੂੰ ਐਸੀ ਵੱਧਵਾ ਦਿੰਦਾ ਪਿਆ ਇਹ ਸਿੱਖ ਪਾਪੀ ਐ ਔਰ ਇਹ ਗੁਰੂ ਦਾ ਮਾਰਿਆ ਹੋਇਆ ਮਹਾਰਾਜ ਇਹ ਜਿਹੜਾ ਤੁਹਾਡੇ ਕੋਲ ਬੈਠਾ ਹੈ ਆਏ ਹਜ਼ੂਰ ਕੂਰ ਬੜ ਕਹਿਓ ਮਹਾਰਾਜ ਇਹਨੇ ਤੁਹਾਡੇ ਸਾਹਮਣੇ ਝੂਠ ਬੋਲਿਆ ਜੇ ਨਾ ਇਹਨੇ ਚੂੜਾ ਦਿੱਤਾ ਨਾ ਮੈਂ ਵੇਖਿਆ ਨਾ ਮੈਂ ਲਿਆ ਇਹ ਗੁਰੂ ਮਾਰਿਆ ਪਾਪੀ ਐ ਇਹ ਪਾਪੀ ਬੰਦਾ ਝੂਠ ਬੋਲਦਾ ਪਿਆ ਤੁਹਾਡੇ ਸਾਹਮਣੇ ਆ ਕੇ ਮਹਾਰਾਜ ਝੂਠਾ ਆਦਮੀ ਹੈ ਗੁਰਮੁਖੋ ਇਹ ਗੱਲਾਂ ਚੀਤੋਂ ਮਸੰਦ ਕਹਿ ਰਿਹਾ ਮਹਾਰਾਜ ਸਾਹਿਬ ਦੀਆਂ ਹੂੰ ਸਮਝ ਬਿਨਾ ਗੁਰ ਸੱਚ ਕਹਿ ਗਿਓ ਸੋ ਸਤਗੁਰੂ ਪਾਤਸ਼ਾਹ ਜੀ ਇਹ ਸਮਝ ਤੋਂ ਬਿਨਾ ਹੈ ਤੇ ਸੱਚ ਕਹਿ ਗਇਓ ਮਹਾਰਾਜ ਸਾਹਿਬ ਜੀ ਸੁਣਦੇ ਪੈ ਬਚਨ ਬਲਾਸ ਤੇ ਸਤਗੁਰੂ ਪਾਤਸ਼ਾਹ ਨੇ ਇਹ ਸਮਝੇ ਬਿਨਾ ਸੱਚ ਕਰ ਮੰਨਿਆ ਉਲਟਾ ਗੁਰੂ ਨੂੰ ਵੀ ਕਹਿ ਦਿੱਤਾ ਮਹਾਰਾਜ ਤੁਸੀਂ ਵੀ ਗੱਲ ਸਮਝੀ ਨਹੀਂ ਪਰਖੀ ਨਹੀਂ ਤੁਸੀਂ ਵੀ ਇਹਦੀ ਗੱਲ ਸੱਚ ਮੰਨ ਲਈ ਇਹ ਬੰਦਾ ਚੂੜਾ ਲਿਆ ਕੇ ਦੇ ਸਕਦਾ ਤੁਸੀਂ ਪਰਖ ਤੋਂ ਬਿਨਾਂ ਇਹ ਗੱਲ ਕਰਦੇ ਹੋ ਸਿੱਖ ਬਪੁਰਾ ਕਿਆ ਇਸ ਕੋ ਭਾਖੋ ਮਹਾਰਾਜ ਇਹ ਵਿਚਾਰਾ ਸਿੱਖ ਵਿਚਾਰਾ ਉਹਨੂੰ ਤਾਂ ਕਿਹਾ ਵੀ ਇਹ ਗਰੀਬ ਹੈ ਇਹ ਵਿਚਾਰਾ ਗਰੀਬ ਤੇ ਆਪਣੇ ਤਣ ਦੇ ਕੱਪੜੇ ਨਹੀਂ ਢੱਕਦੇ ਪਾ ਸਕਦਾ ਖਰੀਦ ਸਕਦਾ ਇਹ ਚੂੜਾ ਕਿੱਥੋਂ ਖਰੀਦ ਲਾਏਗਾ ਉਹ ਵੀ ਸੋਨੇ ਦੀ ਜੜਤ ਵਾਲਾ ਉਹ ਵੀ ਜਿਹਦੇ ਵਿੱਚ ਹੀਰੇ ਲੱਗੇ ਹੋਣ ਜਿਹੜਾ ਗਹਿਣੇ ਦਾ ਬਣਿਆ ਹੋਵੇ ਐਸਾ ਇਹ ਸੁੰਦਰ ਚੂੜਾ ਇਹ ਗੁਰੂ ਮਾਰਿਆ ਕਿਥੋਂ ਲਿਆ ਸਕਦਾ ਹੈ ਹਮ ਕੋ ਝੂਠ ਜਾਨ ਗੁਰ ਕਾਖੋ ਸਤਗੁਰੂ ਪਾਤਸ਼ਾਹ ਜੀਓ ਇਹ ਝੂਠ ਇਸਨੇ ਬੋਲਿਆ ਹੈ ਤੇ ਕੱਖ ਵਾਂਗੂ ਹੌਲਾ ਤੇ ਇਹ ਨਾਲੇ ਗੁੱਸੇ ਹੋ ਰਿਹਾ ਸਤਗੁਰੂ ਪਾਤਸ਼ਾਹ ਦੇਖਦੇ ਪਏ ਹਨ ਲੱਖੋਂ ਲਿਆਵੇ ਦਰਬ ਅਗਾਰੀ ਸਤਗੁਰੂ ਪਾਤਸ਼ਾਹ ਮਹਾਰਾਜ ਜੀਓ ਹਮ ਕੋ ਝੂਠ ਜਾਨ ਗੁਰ ਕਾਖੋ ਇਹ ਸਾਨੂੰ ਝੂਠਾ ਕਹਿੰਦਾ ਹੈ ਨਾ ਮਹਾਰਾਜ ਮੈਂ ਲੱਖਾਂ ਰੁਪਈਆ ਧਨ ਮੈਂ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਹੈ। ਅਮਰੀ ਸਭ ਦਿਸਨਪਤ ਭਾਰੀ ਮਹਾਰਾਜ ਮੈਂ ਇੱਕ ਦੇਸ਼ ਦਾ ਨਹੀਂ ਇੱਕ ਇਲਾਕੇ ਦਾ ਨਹੀਂ ਮੈਂ ਤੇ ਕਈ ਇਲਾਕਿਆਂ ਦਾ ਬਸੰਦਾ ਜਿਵੇਂ ਆਪਾਂ ਅੱਜ ਕਹਿ ਲਈਏ ਵੀ ਪੂਰੀ ਸਟੇਟ ਦਾ ਹੀ ਬਸੰਦ ਹੋਵੇ। ਮੈਂ ਕਈ ਇਲਾਕੇ ਹੈ ਮੇਰੇ ਥੱਲੇ ਨੇ ਕਈ ਇਲਾਕਿਆਂ ਦੀ ਸੰਗਤ ਮੇਰੇ ਨਾਲ ਹੈ। ਮੈਂ ਕਈ ਇਲਾਕਿਆਂ ਵਿੱਚ ਕੰਮ ਕਰਦਾ ਹਾਂ ਜੋ ਨਾ ਦੇ ਤੋ ਸੋ ਭੇ ਪਿੱਖ ਦੇਵੇ ਮਹਾਰਾਜ ਮੇਰੀ ਇੰਨੀ ਕੁ ਇੱਜ਼ਤ ਬਣੀ ਹੈ ਇਲਾਕੇ ਦੇ ਵਿੱਚ ਜਿਹੜਾ ਕੋਈ ਬੰਦਾ ਕਿਸੇ ਨੂੰ ਗ੍ਰਾਹੀ ਨਹੀਂ ਨਾ ਦਿੰਦਾ ਉਹ ਮੇਰੀ ਸ਼ਕਲ ਵੇਖ ਕੇ ਦੇ ਦਿੰਦਾ ਆਪਣੀ ਵਡਿਆਈ ਵਿੱਚ ਪੈ ਗਿਆ ਵੀ ਜਿਹੜੀ ਗੁਰੂ ਦੀ ਗ੍ਰਾਹੀ ਕੋਈ ਨਹੀਂ ਵੀ ਦਿੰਦਾ ਮੇਰਾ ਲੋਕਾਂ ਨਾਲ ਪਿਆਰ ਹੀ ਇੰਨਾ ਮੇਰਾ ਚਿਹਰਾ ਹੀ ਇੰਨਾ ਚੰਗਾ ਜਾਂ ਮੇਰਾ ਸਤਕਾਰ ਹੀ ਇੰਨਾ ਬਣਿਆ ਮਹਾਰਾਜ ਲੋਕ ਤੇ ਮੈਨੂੰ ਵੇਖ ਕੇ ਹੀ ਦੇ ਦਿੰਦੇ ਸਭ ਕੁਝ ਆਪਣੇ ਆਪ ਹੀ ਮੈਂ ਇੰਨਾ ਆਪਣੇ ਇਲਾਕੇ ਵਿੱਚ ਪੂਜਨੀਕ ਹਾਂ ਆਗੇ ਤਰ ਸਰਦਾ ਗੁਰਸੇਵੈ ਮਹਾਰਾਜ ਮੈਂ ਤੁਹਾਡੀ ਸਰਦਾ ਨਾਲ ਸੇਵਾ ਕਰਦਾ ਇਹ ਬਚਨ ਕੋ ਝੂਠ ਨਹੀਂ ਹੈ ਮੈਂ ਤੁਹਾਡੀ ਸੇਵਾ ਬੜੀ ਸਰਦਾ ਦੇ ਨਾਲ ਕਰਦਾ ਹਾਂ ਬੜੀ ਭਾਵਨਾ ਨਾਲ ਕਰਦਾ ਹਾਂ ਹਮ ਬਹੁਤੇ ਨਿਜ ਕਾਜ ਸੁਧਾਰੈ ਮਹਾਰਾਜ ਮੇਰੇ ਵਰਗੇ ਕਈ ਨੇ ਜਿਹੜੇ ਤੁਹਾਡਾ ਕੰਮ ਕਰਨ ਵਾਸਤੇ ਲੱਗੇ ਹੋਏ ਜਿਵੇਂ ਦਾ ਮਸੰਦ ਮੈਂ ਆ ਮੈਂ ਤੁਹਾਡੀ ਸੇਵਾ ਕਰਦਾ ਤੁਹਾਨੂੰ ਪੈਸੇ ਲਿਆ ਕੇ ਦਿੰਦਾ ਤੁਹਾਡਾ ਕੰਮਕਾਰ ਵੇਖਦਾ ਇਸੇ ਤਰ੍ਹਾਂ ਮੇਰੇ ਵਰਗੇ ਹੋਰ ਕਈ ਮਸੰਦ ਗੁਰੂ ਘਰ ਦਾ ਕੰਮ ਕਰਨ ਵਾਸਤੇ ਲੱਗੇ ਹੋਏ ਹਨ ਨਹ ਕੀਮਤ ਔਰ ਗੁਰੂ ਵਿਚਾਰੈ ਸਤਗੁਰੂ ਪਾਤਸ਼ਾਹ ਜੀ ਤੁਸੀਂ ਸਾਡੀ ਕੀਮਤ ਨਹੀਂ ਵਿਚਾਰੀ ਤੁਸੀਂ ਮੇਰਾ ਮੁੱਲ ਨਹੀਂ ਪਾਇਆ ਮੈਂ ਆਉਂਦਾ ਕਿੰਨੀ ਮਾਇਆ ਦਿੰਦਾ ਕਿੰਨਾ ਮੈਂ ਸਤਕਾਰਯੋਗ ਲਾਕੇ ਵਿੱਚ ਮੇਰੇ ਵਰਗੇ ਕਈ ਮਸੰਦ ਹੋਰ ਵੀ ਨੇ ਉਹ ਵੀ ਲਿਆ ਕੇ ਤੁਹਾਨੂੰ ਲੱਖਾਂ ਰੁਪਈਆ ਅਸੀਂ ਜਮ੍ਹਾਂ ਕਰਾਉਂਦੇ ਤੁਸੀਂ ਸਾਡਾ ਕੋਈ ਬਹੁਤਾ ਮੁੱਲ ਨਹੀਂ ਪਾਉਂਦੇ ਹੋ ਝੂਠ ਸਾਜ ਕੋ ਬਹੁ ਬਿਹਵਾਰ ਸਤਿਗੁਰੂ ਪਾਤਸ਼ਾਹ ਜੀਓ ਦੁਨੀਆ ਵਿੱਚ ਸੱਚ ਤੇ ਝੂਠ ਦਾ ਵਪਾਰ ਚੱਲਦਾ ਸੱਚ ਬੋਲਣ ਵਾਲੇ ਵੀ ਬੜੇ ਝੂਠ ਬੋਲਣ ਵਾਲੇ ਵੀ ਬੜੇ ਇਹ ਤੇ ਝੂਠ ਦਾ ਵਪਾਰ ਸੌਦਾ ਸੌਦੇਬਾਜ਼ੀ ਹੁੰਦੀ ਹੈ ਨਹਿ ਜਾਣੈ ਗੁਰ ਇਨਕੀ ਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਇਹਨਾਂ ਲੋਕਾਂ ਨੂੰ ਕੀ ਪਤਾ ਹੈ ਸੋ ਇਸ ਕਰਕੇ ਸੱਚ ਤੇ ਝੂਠ ਬਹੁਤਾ ਹੈ ਕਿਆ ਸਿੱਖ ਰੰਕ ਕੂਰ ਇਹੋ ਕਹੈ ਮਹਾਰਾਜ ਇਹ ਤੇ ਗਰੀਬ ਹੈ ਫਿਰ ਦੁਬਾਰਾ ਨ ਚੇਤੂ ਮਸੰਦ ਨੇ ਜਿਨੇ ਚੂੜਾ ਦਿੱਤਾ ਸੀ ਉਹਦੇ ਵੱਲ ਉਂਗਲ ਕਰਕੇ ਆਖਿਆ ਮਹਾਰਾਜ ਇਹ ਤੇ ਗਰੀਬ ਬੰਦਾ ਹੈ ਰੋਟੀ ਪਾਣੀ ਖਾਣਾ ਬੜਾ ਔਖਾ ਹੈ ਇਹਦੇ ਵਾਸਤੇ ਮੈਂ ਇਹਨੂੰ ਤੇ ਇਹਦੇ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਇਹਦੇ ਪਿੰਡ ਨੂੰ ਵੀ ਜਾਣਦਾ ਇਹਦੇ ਖਾਨਦਾਨ ਨੂੰ ਵੀ ਜਾਣਦਾ ਇਹ ਤੇ ਵਿਚਾਰਾ ਮਜ਼ਦੂਰੀ ਕਰਨ ਵਾਲਾ ਕੋ ਆਮ ਮਾਮੂਲੀ ਜਿਹਾ ਸਿੱਖ ਹੈ ਇਹਦਾ ਤੇ ਪ੍ਰਸ਼ਾਦਾ ਪਾਣੀ ਮਸਾਂ ਚੱਲਦਾ ਔਖਾ ਹੀ ਚੱਲਦਾ ਇਹ ਚੂੜਾ ਕਿੱਥੋਂ ਦੇ ਸਕਦਾ ਹੈ ਹਮ ਕੋ ਤਸਕਰ ਸਮ ਗੁਰਲ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਵੀ ਇਹਦੀਆਂ ਗੱਲਾਂ ਵਿੱਚ ਆ ਗਏ ਮਹਾਰਾਜ ਨੂੰ ਵਿੱਚੇ ਹੀ ਲੈ ਲਿਆ ਇਹ ਤੇ ਗਰੀਬ ਬੰਦਾ ਕੁਝ ਨਹੀਂ ਦੇ ਸਕਦਾ ਤੁਸੀਂ ਇਹਦੀਆਂ ਗੱਲਾਂ ਵਿੱਚ ਆ ਕੇ ਮੈਨੂੰ ਤਸਕਰ ਸਮਝ ਲਿਆ ਮੈਨੂੰ ਤੁਸੀਂ ਚੋਰ ਸਮਝਿਆ ਹੈ ਵਸਤ ਸੈਂਕਰੇ ਹਮ ਨਿਤ ਲਿਆਵੈ ਸਤਿਗੁਰੂ ਪਾਤਸ਼ਾਹ ਜੀ ਅਸੀਂ ਸੈਂਕੜੇ ਵਸਤੂਆਂ ਲੈ ਕੇ ਆਉਂਦੇ ਹਾਂ ਵੱਖ-ਵੱਖ ਇਲਾਕਿਆਂ 'ਚ ਤੁਰ ਕੇ ਫਿਰ ਕੇ ਇਕੱਠੀ ਕਰਕੇ ਪਤਾ ਨਹੀਂ ਕਿੰਨੀਆਂ ਕੁ ਵਸਤੂਆਂ ਲੈ ਕੇ ਆਉਂਦੇ ਹਾਂ ਦਿਖਰਾਵੇ ਕੋ ਨਹੀਂ ਦਿਖਾਵੇ ਮਹਾਰਾਜ ਦਿਖਰਾਵੇ ਕੋ ਨਹੀਂ ਦਿਖਾਵੇ ਅਸੀਂ ਵਿਖਾਵਾ ਨਹੀਂ ਕਰਦੇ ਮੈਂ ਵਿਖਾਵਾ ਨਹੀਂ ਕਰਦਾ ਕਿ ਮੈਂ ਫਲਾਣੀ ਸੰਗਤ ਕੋਲੋਂ ਇੰਨੇ ਦਸ਼ਾਲੇ ਲਿਆਂਦੇ ਇੰਨੇ ਸ਼ਾਲ ਲਿਆਂਦੇ ਇੰਨੇ ਕੰਬਲ ਲਿਆਂਦੇ ਇੰਨੇ ਭਾਂਡੇ ਲਿਆਂਦੇ ਇਨੇ ਪੈਸੇ ਲਿਆਂਦੇ ਮਹਾਰਾਜ ਅਸੀਂ ਕੋਈ ਦਿਖਾਵਾ ਥੋੜੀ ਕਰਦੇ ਆ ਦੁਨੀਆ ਦੇ ਸਾਹਮਣੇ ਸਾਨੂੰ ਜੋ ਜੋ ਮਿਲਦਾ ਅਸੀਂ ਤੁਹਾਨੂੰ ਲਿਆ ਕੇ ਦਿਖਾਉਂਦੇ ਹਾਂ ਗੁਰੂ ਖਜ਼ਾਨੇ ਅਰਪਣ ਕਰੈ ਤੇ ਸਤਿਗੁਰੂ ਜੀ ਜੋ ਕੁਝ ਸਾਨੂੰ ਮਿਲਦਾ ਉਹ ਸਾਰੇ ਦਾ ਸਾਰਾ ਤੁਹਾਡੇ ਖਜ਼ਾਨੇ ਵਿੱਚ ਅਸੀਂ ਜਮ੍ਹਾਂ ਕਰ ਦਿੰਨੇ ਆ ਚੇਤੋ ਮਸੰਦ ਗੁਰੂ ਪਾਤਸ਼ਾਹ ਨੂੰ ਕਹਿ ਰਿਹਾ ਮੈਂ ਕੋਈ ਗੁਰੂ ਘਰ ਦੀ ਸੇਵਾ ਵਿਖਾਵੇ ਵਾਸਤੇ ਨਹੀਂ ਕਰਦਾ ਗੁਰੂ ਮੈਨੂੰ ਸ਼ਾਬਾਸ਼ ਸ਼ਾਬਾਸ਼ ਕਵੇ ਮੈਂ ਗੁਰੂ ਘਰ ਦੀ ਸੇਵਾ ਦੁਨੀਆ ਨੂੰ ਵਿਖਾਉਣ ਵਾਸਤੇ ਨਹੀਂ ਕਰਦਾ ਦੁਨੀਆ ਆਖੇ ਬੜਾ ਚੰਗਾ ਬੜਾ ਚੰਗਾ ਨਹੀਂ ਮਹਾਰਾਜ ਇਹ ਅਸੀਂ ਦਿਖਾਵੇ ਦੀ ਸੇਵਾ ਨਹੀਂ ਕਰਦੇ ਹਾਂ ਪਰ ਮਹਾਰਾਜ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਵਿੱਚ ਆ ਗਏ ਹੋ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਸਾਡੇ ਤੇ ਚੰਗਾ ਤੇ ਮਾੜਾ ਬਚਨ ਕਹਿੰਦੇ ਹੋ ਪਰ ਮੈਂ ਤੇ ਸਾਰੀਆਂ ਵਸਤੂਆਂ ਜਿਹੜੀਆਂ ਖਜ਼ਾਨੇ ਵਿੱਚ ਜਮ੍ਹਾਂ ਕਰਦਾ ਹਾਂ ਸਭ ਗੁਰ ਨਿਕਟ ਰੀਤ ਇਮਤਰੈ ਮਹਾਰਾਜ ਸਾਹਿਬ ਜੀ ਮੈਂ ਇਕੱਲਾ ਨਹੀਂ ਮੇਰੇ ਵਰਗੇ ਕਈ ਮਸੰਦ ਨੇ ਜਿਹੜੇ 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 ਇਲਾਕੇ ਵਿੱਚੋਂ ਗ੍ਰਾਹੀ ਇਕੱਠੀ ਕਰਦੇ ਸਾਰੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਤੇ ਜਿਹੜੀ ਜਿਹੜੀ ਵਸਤੂ ਗੁਰਮਖੋ ਜਮ੍ਹਾਂ ਹੁੰਦੀ ਉਹ ਲਿਖੀ ਜਾਂਦੀ ਉੱਥੇ ਰਜਿਸਟਰ ਦੇ ਉੱਪਰ ਖਾਤੇ ਵਹੀ ਦੇ ਵਿੱਚ ਲਿਖੀ ਜਾਂਦੀ ਫਲਾਣਾ ਮਸੰਦ ਐਨੀ ਮਾਇਆ ਜਮਾ ਕਰਾ ਗਿਆ ਐ ਇੰਨੇ ਕੰਬਲ ਕਰਵਾ ਗਿਆ ਇੰਨੇ ਖੇਸ ਇੰਨੇ ਕੱਪੜੇ ਇੰਨੇ ਭਾਂਡੇ ਸਾਰਾ ਕੁਝ ਗੁਰੂ ਪਾਤਸ਼ਾਹ ਦੇ ਖਜ਼ਾਨਚੀ ਜਿਹੜੇ ਲਿਖਦੇ ਵੀ ਇੰਨੀਆਂ ਚੀਜ਼ਾਂ ਇਸਨੇ ਐਸ ਬੰਦੇ ਨੇ ਲਿਆ ਕੇ ਇਸ ਤਰੀਕ ਨੂੰ ਦਿੱਤੀਆਂ ਹਨ ਇਹ ਉਹੀ ਗੱਲ ਕਰਦਾ ਪਿਆ ਕਹਿਣ ਲੱਗਾ ਮਹਾਰਾਜ ਮੈਂ ਤੇ ਸਭ ਕੁਝ ਲਿਆ ਕੇ ਖਿਆਨੇ ਵਿੱਚ ਜਮਾ ਕਰਵਾ ਦਿੱਤਾ ਹੈ ਸੁਨ ਸਕੋਪ ਸਤਗੁਰੂ ਉਚਾਰੀ ਸਤਗੁਰਾਂ ਨੂੰ ਗੁੱਸਾ ਆ ਗਿਆ ਮਾਰਾ ਨੂੰ ਗੁੱਸਾ ਤੇ ਇਹ ਪਹਿਲਾਂ ਵੀ ਸੀ ਇਹਦੀਆਂ ਕਰਤੂਤਾਂ ਦੇ ਉਹ ਤੇ ਮਾਤਾ ਗੁਜਰੀ ਜੀ ਨੇ ਕਹਿ ਦਿੱਤਾ ਵੀ ਪੁੱਤਰ ਜੀ ਚਲੋ ਰਹਿਣ ਦਿਓ ਮਸੰਦਾ ਨੂੰ ਨਾ ਤੁਸੀਂ ਇੰਨਾ ਸਜ਼ਾ ਨਾ ਦੇਵੋ ਸਤਿਗੁਰੂ ਤਾਂ ਕੁਝ ਸਮੇਂ ਵਾਸਤੇ ਚੁੱਪ ਸਨ ਪਰ ਅੱਜ ਇਹਦੀ ਕਰਤੂਤ ਵੇਖ ਕੇ ਮਹਾਰਾਜ ਬੜੇ ਗੁੱਸੇ ਵਿੱਚ ਆਏ ਹਨ ਲੋਭ ਲਹਿਰ ਚੇਤੋ ਮਤ ਮਾਰੀ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੇਤੋ ਇਹ ਸਾਡਾ ਸਿੱਖ ਨਹੀਂ ਗੁਰੂ ਮਾਰਿਆ ਅਸਲ ਵਿੱਚ ਤੂੰ ਲੋਭ ਦਾ ਮਾਰਿਆ ਸਿੱਧਾ ਤੇ ਖਰਾ ਬਚਨ ਮਹਾਰਾਜ ਨੇ ਆਖਿਆ ਐ ਚੇਤੋ ਮਸੰਦ ਅਸਲ ਵਿੱਚ ਤੇਰੀ ਮਤ ਲੋਭ ਨੇ ਮਾਰ ਦਿੱਤੀ ਐ ਤੂੰ ਲੋਭ ਦੀ ਮਤ ਦਾ ਮਾਰਿਆ ਹੋਇਆ ਹੈ ਝੂਠ ਸੱਚ ਵਿਵਹਾਰ ਹਨੇਰੇ ਮਹਾਰਾਜ ਕਹਿਣ ਲੱਗੇ ਜਿਹੜੀ ਤੂੰ ਗੱਲ ਆਖੀ ਇਹਨੇ ਵੀ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰਨ ਦੇ ਜਿਹੜੇ ਕੰਮ ਹਨ ਪਰਖਨ ਹੈ ਕਿ ਨਹੀਂ ਮਤ ਮੇਰੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਦੱਸ ਸਾਡੀ ਬੁੱਧੀ ਦੇ ਵਿੱਚ ਸੱਚ ਤੇ ਝੂਠ ਨੂੰ ਪਰਖਣ ਦੀ ਅਕਲ ਹੈ ਕਿ ਨਹੀਂ ਉਹਨੇ ਇਹ ਗੱਲ ਕਹੀ ਸੀ ਨਾ ਮਹਾਰਾਜ ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰ ਦਿੰਦੇ ਸਤਗੁਰੂ ਉਹਦੀ ਗੱਲ ਦਾ ਹੀ ਅੱਗੋ ਜਵਾਬ ਦਿੰਦੇ ਪਾ ਕਹਿੰਦੇ ਤੂੰ ਇੰਨੀ ਗੱਲ ਦੱਸ ਦੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਚ ਤੇ ਝੂਠ ਪਰਖ ਦੀ ਸਮਝ ਹੈ ਕਿ ਨਹੀਂ ਹੈ ਤੂੰ ਆਪਣੇ ਮੂੰਹੋਂ ਬੋਲ ਕੇ ਕਹਿ ਇਹ ਦੱਸ ਕੀ ਗੁਰੂ ਗੋਬਿੰਦ ਸਿੰਘ ਨੂੰ ਸੱਚ ਪਰਖਣ ਦੀ ਔਰ ਝੂਠ ਪਰਖਣ ਦੀ ਅਕਲ ਹੈ ਸਮਝ ਹੈ ਬੁੱਧ ਹੈ ਹੈ ਕਿ ਨਹੀਂ ਹੈ ਇਹ ਦੱਸ ਤੇਰੇ ਮਨ ਵਿੱਚ ਕੀ ਹੈ ਸੋ ਅਬ ਸਗਰੀ ਤੋਹੇ ਦਿਖਾਵੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਆਖਦਾ ਨਾ ਵੀ ਸਾਨੂੰ ਤੇ ਪਤਾ ਹੀ ਕੁਝ ਨਹੀਂ ਦਸਵਾਂ ਗੁਰੂ ਤੇ ਬਾਲ ਹੈ ਬੱਚਾ ਹੈ ਉਹਨੂੰ ਤੇ ਪਤਾ ਹੀ ਕੁਝ ਨਹੀਂ ਹੈ ਗੁਰੂ ਕਰਕੇਵੇਂ ਚੱਲਦੇ ਅਸੀਂ ਚਲਾਉਂਦੇ ਆਂ ਸਤਿਗੁਰੂ ਕਹਿਣ ਲੱਗੇ ਲੈ ਫਿਰ ਤੈਨੂੰ ਅਸੀਂ ਆਪਣੀ ਅਕਲ ਦੱਸਦੇ ਆਂ ਵੀ ਸਾਡੇ ਕੋਲ ਕਿੰਨੀ ਕੁ ਐ ਤੈਨੂੰ ਅਸੀਂ ਵਿਖਾਉਂਦੇ ਆਂ ਵੀ ਅਸੀਂ ਸੱਚ ਤੇ ਝੂਠ ਦੀ ਪਰਖ ਕਿਵੇਂ ਕਰਦੇ ਆ ਤੈਨੂੰ ਵਿਖਾਵਾਂਗੇ ਹੁਣ ਤੈਨੂੰ ਦੱਸਾਂਗੇ ਝੂਠ ਕੌਣ ਬੋਲਦਾ ਸੱਚ ਕੌਣ ਬੋਲਦਾ ਹੈ ਕਰ ਕੀਮਤ ਕੋ ਫਲ ਪਹੁੰਚਾਵੋ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਉਸ ਕੀਤੀ ਕੰਮ ਦਾ ਤੈਨੂੰ ਫਲ ਵੀ ਦੇਵਾਂਗੇ ਪਹਿਲਾਂ ਤੇਰਾ ਸੱਚ ਤੇ ਝੂਠ ਪਰਖਾਂਗੇ ਪਰਖ ਕੇ ਸੰਗਤ ਨੂੰ ਵਿਖਾਵਾਂਗੇ ਫਿਰ ਤੈਨੂੰ ਉਹਦੀ ਬਣਦੀ ਸਜ਼ਾ ਵੀ ਦੇਵਾਂਗੇ ਇਹ ਬਚਨ ਆਖਦੇ ਹਨ ਜਿਤਾ ਭਾਵਨੀ ਤਿਉ ਫਲ ਪਾਵੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਦੀ ਤੇਰੀ ਭਾਵਨਾ ਹੈ ਓਵੇਂ ਦਾ ਫਲ ਮਿਲਦਾ ਜਿਵੇਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਨਾ ਗੁਰੂ ਦਰਬਾਰ ਦੇ ਵਿੱਚ ਉਹਨੂੰ ਫਾਲ ਓਵੇਂ ਦਾ ਹੀ ਮਿਲਦਾ ਹੈ ਜਿਵੇਂ ਦੀ ਤੇਰੀ ਭਾਵਨਾ ਚੇਤੋ ਮਸੰਦ ਤੈਨੂੰ ਓਵੇਂ ਦਾ ਹੀ ਫਲ ਮਿਲੇਗਾ ਤੇਰੀ ਭਾਵਨਾ ਕੀ ਹੈ ਉਹ ਅਸੀਂ ਪਰਖ ਕਰਕੇ ਦੱਸਦੇ ਹਾਂ ਅਬ ਹਮ ਦੇ ਨਾਂ ਧੇਰ ਲਗਾਵੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਅਸੀਂ ਉਹ ਕੰਮ ਕਰਾਂਗੇ ਤੇ ਦੇਰੀ ਨਹੀਂ ਲਾਵਾਂਗੇ ਇੱਕ ਤੇ ਤੇਰਾ ਸੱਤ ਤੇ ਝੂਠ ਪਰਖਣ ਦਾ ਕੰਮ ਕਰਾਂਗੇ ਪਰਖ ਕੇ ਵਿਖਾਉਂਦੇ ਸੰਗਤ ਨੂੰ ਸੰਗਤ ਦੀ ਵੇਖਿਓ ਝੂਠਾ ਕੌਣ ਤੇ ਸੱਚਾ ਕੌਣ ਇੱਕ ਤੇ ਇਹ ਪਰਖਾਂਗੇ ਤੇ ਦੂਜਾ ਫਿਰ ਤੈਨੂੰ ਸਜ਼ਾ ਵੀ ਦੇਵਾਂਗੇ ਇਹ ਦੋ ਗੱਲਾਂ ਅਸੀਂ ਸੰਗਤ ਦੇ ਸਾਹਮਣੇ ਕਰ ਦੇਣੀਆਂ ਹਨ ਪੰਚ ਸਿੱਖ ਸਤ ਗੁਰੂ ਬੁਲਾਏ ਉਸ ਵੇਲੇ ਸੁਣਿਆ ਚੇਤੋ ਨੇ ਬਚਨ ਤੇ ਬੜਾ ਹੀ ਗੁੱਸਾ ਚੜਿਆ ਜੀਤੇ ਇਹਦਾ ਕਰਦਾ ਵੀ ਮਹਾਰਾਜ ਦੇ ਗਲ ਪਵਾਂ ਉੱਚੇ ਨੀਵੇਂ ਬਚਨ ਬੋਲਾਂ ਬੋਲ ਕ ਬੋਲ ਬੋਲਾਂ ਪਰ ਕਹਿਣ ਲੱਗੇ ਚੁੱਪ ਕਰਕੇ ਬੈਠਾ ਮਹਾਰਾਜ ਦੇ ਸਿੱਖਾਂ ਦਾ ਭੈ ਵੀ ਹੈ ਡਰ ਵੀ ਹੈ ਸਤਿਗੁਰੂ ਕਹਿਣ ਲੱਗੇ ਚੇਤੋ ਨੂੰ ਇੱਥੇ ਬੈਠਾ ਰਹਿਣ ਦਿਓ ਪੰਜ ਸਿੱਖ ਮਹਾਰਾਜ ਨੇ ਉਠਾਲਿਆ ਸੰਗਤ ਵਿੱਚੋਂ ਜਿਹੜੇ ਚੰਗੇ ਜਵਾਨ ਸਨ ਨਾ ਸੂਰਮੇ ਮਹਾਰਾਜ ਦੇ ਤੇ ਚੁਣ ਕੇ ਮਹਾਰਾਜ ਨੇ ਪੰਜ ਬੁਲਾਏ ਫਲਾਣਿਆਂ ਤੂੰ ਵੀ ਆ ਜਾ ਤੂੰ ਵੀ ਆ ਜਾ ਕਰਕੇ ਪੰਜ ਬੁਲਾਏ ਮਹਾਰਾਜ ਨੇ ਕੋਲ ਤੇ ਕੋਲ ਬਿਠਾ ਕੇ ਫਿਰ ਵੱਡ ਮਸੰਦ ਕੇ ਸਦਨ ਪਠਾਏ ਮਹਾਰਾਜ ਕਹਿਣ ਲੱਗੇ ਪੰਜ ਜਾਣ ਇਹਦੇ ਕੋਲ ਖੜ੍ਹ ਜੋ ਵੀ ਹਿੱਲੇ ਨਾ ਕਿਸੇ ਬੰਦੇ ਤੇ ਪੰਜ ਜਾਣੇ ਦੇ ਘਰੇ ਭੇਜੇ ਕਹਿਣ ਲੱਗੇ ਤੁਹਾਨੂੰ ਇਹਦੇ ਘਰ ਦਾ ਪਤਾ ਉਹ ਕਹਿੰਦੇ ਜੀ ਬਿਲਕੁਲ ਪਤਾ ਸਤਿਗੁਰੂ ਕਹਿੰਦੇ ਜਾਓ ਫਿਰ ਇਹਦੇ ਘਰ ਜਾਓ ਜਿਵੇਂ ਅਸੀਂ ਕਹਿੰਨੇ ਆ ਉਵੇਂ ਕਰਨਾ ਕਰੋ ਇਸਕੇ ਘਰ ਪਰ ਅਹ ਚੁਬਾਰਾ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਘਰੇ ਜਾ ਕੇ ਕੀ ਕਰੀਏ ਕੀ ਪੁੱਛੀਏ ਮਹਾਰਾਜ ਕਹਿੰਦੇ ਨਾ ਪੁੱਛਣ ਦੀ ਲੋੜ ਐ ਅਸੀਂ ਤੁਹਾਨੂੰ ਦੱਸ ਦਿੰਦੇ ਆ ਚੂੜਾ ਪਿਆ ਹੀ ਕਿੱਥੇ ਐ ਬਸ ਤੁਸੀਂ ਉੱਥੇ ਜਾ ਕੇ ਹੱਥ ਪਾਉਣਾ ਹੋਰ ਕੁਝ ਨਹੀਂ ਕਰਨਾ ਤੇ ਸਤਗੁਰੂ ਅੰਤਰਾਜਮੀ ਨੇ ਨਾ ਕੁਝ ਲੋਕ ਆਖਦੇ ਵੀ ਗੁਰੂ ਗੋਬਿੰਦ ਸਿੰਘ ਤੇ ਆ ਬੰਦਿਆਂ ਵਰਗੇ ਇਹਦਾ ਘਰ ਹੈ ਇਹਦੇ ਘਰ ਦੇ ਉੱਪਰ ਚੁਬਾਰਾ ਇੱਕ ਬਣਿਆ ਹੋਇਆ ਤੁਸੀਂ ਜਾ ਕੇ ਚੁਬਾਰੇ ਦੀਆਂ ਪੌੜੀਆਂ ਚੜ ਜਾਣਾ ਹੈ ਜਿਸ ਮੋਹਤਾਕੀ ਲਗਹਿ ਕੁਵਾਰਾ ਤੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਚੁਬਾਰੇ ਨੂੰ ਇੱਕ ਦਰਵਾਜ਼ਾ ਤੇ ਦਰਵਾਜ਼ੇ ਵਾਲੇ ਪਾਸੇ ਹੀ ਇੱਕ ਤਾਕੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਲਮਾਰੀ ਇਹਦੇ ਘਰ ਵਿੱਚ ਅਲਮਾਰੀ ਬਣੀ ਉਹ ਪਹਿਲਾਂ ਅਲਮਾਰੀਆਂ ਕੰਧ ਦੇ ਵਿੱਚ ਹੀ ਬਣਾ ਦਿੰਦੇ ਸਨ। ਪੁਰਾਣੇ ਸਮੇਂ ਦੇ ਵਿੱਚ ਚੂਨਾ ਐਟ ਵਗੈਰਾ ਲਾ ਕੇ। ਜਦੋਂ ਇਹਦੇ ਘਰ ਦੇ ਚੁਬਾਰੇ ਦੇ ਵਿੱਚ ਵੜੋਗੇ ਚੁਬਾਰਾ ਵੀ ਇੱਕੋ ਹੀ ਹੈ। ਇੱਕ ਕਮਰੇ ਨੂੰ ਚੁਬਾਰਾ ਕਿਹਾ ਜਾਂਦਾ। ਚੁਬਾਰੇ ਦੇ ਵਿੱਚ ਵੜੋਗੇ ਦਰਵਾਜ਼ਾ ਖੋਲੋਗੇ ਸਾਹਮਣੇ ਤਾਂ ਕੀ ਹੈ ਜਿਹਨੂੰ ਆਪਾਂ ਅਲਮਾਰੀ ਕਹਿ ਦਿੰਦੇ ਆ ਉਹਨੂੰ ਖੋਲੋਗੇ। ਮਹਾਰਾਜ ਕਹਿਣ ਲੱਗੇ ਫਿਰ ਪਟਲ ਪੇਟ ਤੈਂ ਰੱਖਿਓ ਚੂੜਾ ਕੱਪੜੇ ਦੇ ਵਿੱਚ ਲਪੇਟ ਕੇ ਇਹਨੇ ਚੂੜਾ ਰੱਖਿਆ ਕੱਪੜੇ ਦਾ ਰੰਗ ਵੀ ਇਹ ਹੈ ਚੁਬਾਰਾ ਵੀ ਦੱਸਿਆ ਚੁਬਾਰੇ ਦੀ ਲਮਾਰੀ ਵੀ ਦੱਸੀ ਹੈ ਤੇ ਫਿਰ ਕੱਪੜਾ ਦੱਸਿਆ ਮਹਾਰਾਜ ਕਹਿੰਦੇ ਲਾਲ ਕੱਪੜੇ ਦੇ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਇਸਨੇ ਚੂੜਾ ਰੱਖਿਆ ਹੋਇਆ ਹੈ ਸਿੱਖ ਕੋ ਦਿਓ ਹੁਤੋ ਜੋ ਰੂਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਰਕੋ ਦਿਓ ਜਿਹੜਾ ਸਿੱਖ ਨੇ ਦਿੱਤਾ ਨਾ ਚੂੜਾ ਭਾਵੇਂ ਨੇ ਸਾਨੂੰ ਵਿਖਾਇਆ ਨਹੀਂ ਪਰ ਸਾਨੂੰ ਪਤਾ ਵੀ ਉਹ ਚੂੜਾ ਬਹੁਤ ਸੋਹਣਾ ਹੈ ਇਹਦੀ ਲਮਾਰੀ ਵਿੱਚ ਪਿਆ ਸੀ ਵੇਖਿਆ ਸਾਨੂੰ ਪਤਾ ਜਦੋਂ ਸਿੱਖ ਨੇ ਭੇੜਾ ਕੀਤਾ ਸੀ ਨਾ ਵੀ ਆਹ ਚੂੜਾ ਮੇਰਾ ਗੁਰੂ ਨੂੰ ਦੇ ਦਿਓ ਜਦੋਂ ਉਹ ਭੇਟ ਕਰਦਾ ਪਿਆ ਉਦੋਂ ਅਸੀਂ ਅੰਗੀਕਾਰ ਕਰ ਲਿਆ ਉਹਦਾ ਚੂੜਾ ਅਸੀਂ ਉਹਦੇ ਹੱਥਾਂ ਵਿੱਚੋ ਹੀ ਦੇਖ ਲਿਆ ਸੀ ਵੀ ਉਹ ਕਿੰਨਾ ਸੋਹਣਾ ਤੇ ਕਿੰਨਾ ਸੁੰਦਰ ਹੈ ਸਿੱਖੋ ਜਦੋਂ ਕਪੜਾ ਖੋਲ ਕੇ ਦੇਖੋਗੇ ਨਾ ਤੁਹਾਨੂੰ ਵੀ ਸੋਹਣਾ ਹੀ ਲੱਗੇਗਾ ਐਸਾ ਸੁੰਦਰ ਉਹ ਚੂੜਾ ਹੈ ਹੁਕਮ ਸੁਨਤ ਸਿੱਖ ਪੰਚਉਤਾਏ ਜਦੋਂ ਮਹਾਰਾਜ ਨੇ ਕੀਤਾ ਨਾ ਹੁਕਮ ਵੀ ਜਾਓ ਲਿਆਓ ਉਹ ਪੰਜ ਜਵਾਨ ਸਿੱਖ ਮਹਾਰਾਜ ਦੇ ਫਿਰ ਨੱਠੇ ਭੱਜੇ ਇੱਕ ਵਾਰੀ ਬਾਹਰ ਨੂੰ ਮਹਾਰਾਜ ਹੁਣੇ ਗਏ ਤੇ ਹੁਣੇ ਆਏ ਦਰਬਾਰ ਤੋਂ ਬਾਹਰ ਨਿਕਲਦਿਆਂ ਚੜ ਗਏ ਘੋੜਿਆਂ ਤੇ ਘੋੜਿਆਂ ਨੂੰ ਭਜਾ ਕੇ ਦੌੜਾ ਕੇ ਛੇਤੀ ਨਾਲ ਪਹੁੰਚੇ ਹਨ ਤਬ ਚੇਤੋ ਨਿਜ ਗ੍ਰੀਵ ਨਵਾਏ ਉਸ ਵੇਲੇ ਚੇਤੋ ਨੂੰ ਪਤਾ ਲੱਗ ਗਿਆ ਵੀ ਹੁਣ ਮਹਾਰਾਜ ਜਿਤਲ ਮਾਰੀ ਵੀ ਦੱਸ ਦੁੱਤੀਆਂ ਕਪੜਾ ਇਹਦਾ ਰੰਗ ਵੀ ਦੱਸ ਦੁੱਤਾ ਧੌ ਨੀਵੀਂ ਕਰਕੇ ਨਾ ਮਹਾਰਾਜ ਦੇ ਸਾਹਮਣੇ ਬੈਠਾ ਨੀਵੀਂ ਧੌਨ ਕਰਕੇ ਬੈਠਾ ਹੋਇਆ ਹੈ ਆਪਣੀ ਖੰਨਤ ਨਾ ਨੈਣ ਉਠਾਏ ਇਹ ਜਿੱਥੇ ਬੈਠਾ ਸੀ ਮਿੱਟੀ ਦੇ ਮਿੱਟੀ ਦੇ ਨਾਲ ਨਾ ਮਿੱਟੀ ਦੇ ਉੱਪਰ ਬੈਠਾ ਹੈ ਆਪਣੇ ਅੰਗੂਠੇ ਦੇ ਨਾਲ ਮਿੱਟੀ ਪਟਣ ਲੱਗ ਪਿਆ ਤੇ ਧੌਣ ਨੇ ਨੀਵੀਂ ਕਰ ਲਈ ਆਪਣੇ ਅੰਗੂਠੇ ਦੇ ਵੱਲ ਮਿੱਟੀ ਦੇ ਵੱਲ ਨੀਵੀਂ ਪਾ ਕੇ ਤੇ ਧਰਤੀ ਦੇ ਵਿੱਚੋਂ ਮਿੱਟੀ ਖੁਰੋਚਦਾ ਆਪਣੇ ਅੰਗੂਠੇ ਦੇ ਨਾਲ ਅੰਤ ਸਮਾਂ ਜਿਸ ਪਹੁੰਚਿਆ ਆਏ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਚੂੜਾ ਨਹੀਂ ਦਸਵੇਂ ਪਾਤਸ਼ਾਹ ਦੇ ਕੋਲ ਆਉਣਾ ਇਹ ਧਰਮਰਾਜ ਮੌਤ ਲੈ ਕੇ ਤੁਰਿਆ ਆਉਂਦਾ ਚੇਤੋ ਦੀ ਮਾਰਨ ਵਾਸਤੇ ਇਹ ਚੂੜਾ ਹੀ ਨਹੀਂ ਆਉਣਾ ਇਹ ਮੌਤ ਆਉਣੀ ਹੈ ਚੇਤੋ ਮਸੰਦ ਦੀ ਸਮਝ ਲਓ ਵੀ ਇਹਦਾ ਅੰਤ ਨੇੜੇ ਆ ਗਿਆ ਐਸੀ ਇਹਦੀ ਹਾਲਤ ਬਣੀ ਹੈ ਕਰਮ ਹੈ ਪ੍ਰਵੇਸ਼ ਚਰੇ ਚੁਬਾਰੇ ਕਹਿਣ ਲੱਗੇ ਜਦੋਂ ਇਹ ਸਿੱਖ ਗਿਆ ਨਾ ਦੌੜ ਕੇ ਤੇ ਦਰਵਾਜ਼ਾ ਬੰਦ ਹੈ ਵੇਲੀ ਦਾ ਤੇ ਇਹਨਾਂ ਨੇ ਜਾ ਕੇ ਖੜਖੜਾਇਆ ਤੇ ਚੇਤੋ ਮਸਾਂਦੀ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ ਪੁੱਛਿਆ ਵੀ ਕਿੱਧਰ ਆਇਓ ਕਹਿਣ ਲੱਗੇ ਵੀ ਦੱਸਾਂਗੇ ਬੀਬੀ ਬਾਅਦ ਵਿੱਚ ਤੂੰ ਛੇਤੀ ਨਾਲ ਦਰਵਾਜ਼ੇ ਤੋਂ ਪਰੇ ਹਟ ਪਰੇ ਨੂੰ ਹੋਈ ਹੈ ਮਿੰਟੋ ਮਿੰਟੀ ਬੜੀ ਫੁਰਤੀ ਦੇ ਨਾਲ ਭੱਜ ਕੇ ਚੜ ਗਏ ਚੁਬਾਰੇ ਦੀਆਂ ਪੌੜੀਆਂ ਉਹ ਥੱਲਿਓਂ ਬਾਜਾਂ ਮਾਰਦੀ ਪਈ ਐ ਕਿਧਰ ਨੂੰ ਚੱਲੇ ਹੋ ਕੌਣ ਹੋ ਤੁਸੀਂ ਕਿਉਂ ਚਵਾਰੇ ਨੂੰ ਜਾਂਦੇ ਪੈ ਚਵਾਰਾ ਚੜ੍ਹਦੇ ਆ ਚੜ੍ਹਦੇ ਆ ਬੋਲੇ ਕਹਿਣ ਲੱਗੇ ਅਸੀਂ ਦਸਵੇਂ ਪਾਤਸ਼ਾਹ ਦੇ ਸੇਖਾਂ ਤੇ ਮਹਾਰਾਜ ਨੇ ਭੇਜਿਆ ਤੁਹਾਡੇ ਚਵਾਰੇ ਦੀ ਤਲਾਸ਼ੀ ਕਰਨ ਵਾਸਤੇ ਆਏ ਹਾਂ ਤੋਰੀ ਸੰਕਰ ਖੋਲ ਕੇ ਵਾਰੇ ਕਹਿਣ ਲੱਗੇ ਵੀ ਇਸ ਬੀਬੀ ਨੇ ਉਹ ਚਵਾਰੇ ਨੂੰ ਜੰਦਰਾ ਮਾਰਿਆ ਸੀ ਇਹਨੂੰ ਪਤਾ ਸੀ ਵੀ ਇੱਥੇ ਮਹਿੰਗੇ ਮੁੱਲ ਵਾਲਾ ਚੂੜਾ ਜਦੋਂ ਚਾਬੀ ਮੰਗੀ ਤੇ ਕਹਿਣ ਲੱਗੇ ਵੀ ਚਾਬੀ ਤੇ ਹੈ ਹੀ ਨਹੀਂ ਉਹ ਕਿਤੇ ਰੱਖੀ ਗਈ ਹੈ ਚੇਤਾ ਹੀ ਭੁੱਲ ਗਿਆ ਵੀ ਰੱਖੀ ਕਿੱਥੇ ਆ। ਨਾ ਚਾਬੀ ਲੱਭੇ ਨਾ ਜੰਦਰਾ ਖੁੱਲੇ। ਜਦੋਂ ਇਹ ਆਖਿਆ ਨਾ ਵੀ ਚਾਬੀ ਗਵਾਚ ਗਈ ਕਿਤੇ ਲੱਭਦੀ ਨਹੀਂ ਪੀ ਚੇਤਾ ਹੀ ਭੁੱਲ ਗਿਆ ਕਹਿਣ ਲੱਗੇ ਵੀ ਜੰਦਰੇ ਦਾ ਇਲਾਜ ਤੇ ਸਾਡੇ ਕੋਲ ਹੈ। ਉੱਥੇ ਕੋਈ ਪੱਥਰ ਪਿਆ ਸੀ ਚੁੱਕ ਕੇ ਮਾਰਿਆ ਪੱਥਰ ਜੰਦਰੇ ਦੇ ਉੱਪਰ ਜੰਦਰਾ ਟੁੱਟ ਗਿਆ ਸੰਗਲੀ ਟੁੱਟ ਗਈ। ਤੇ ਫਿਰ ਦਰਵਾਜ਼ਾ ਖੋਲਿਆ ਹੈ ਤਤਛਿਨ ਚੂੜਾ ਲਿਓ ਨਿਕਾਸ ਤੇ ਜਿੱਥੇ ਮਹਾਰਾਜ ਨੇ ਦੱਸਿਆ ਸੀ ਨਾ ਵੀ ਉਹਦੇ ਨਾਲ ਅਲਮਾਰੀ ਹੈ ਤੇ ਅਲਮਾਰੀ ਵਿੱਚ ਕੱਪੜੇ ਵਿੱਚ ਪਿਆ ਹੈ ਅਲਮਾਰੀ ਨੂੰ ਜਦੋਂ ਖੋਲਿਆ ਤੇ ਕਹਿਣ ਲੱਗੇ ਵਾਕਿਆ ਕੱਪੜੇ ਦੇ ਵਿੱਚ ਉਹ ਵਸਤੂ ਜਿਹੜੀ ਦੱਸੀ ਉਹ ਪਈ ਹੋਈ ਹੈ ਅਨੂ ਕਲਗੀ ਤਰਕੇ ਪਾਸ ਤੇ ਸਿੱਖਾਂ ਨੇ ਚੁੱਕ ਲਿਆ ਚੂੜਾ ਚੁੱਕ ਕੇ ਜਦੋਂ ਬਾਹਰ ਨੂੰ ਨਿਕਲੇ ਤੇ ਚੇਤੋ ਮਸਾਂਦੀ ਘਰਵਾਲੀ ਨੇ ਵੇਖ ਲਿਆ ਵੀ ਇਹ ਤੇ ਉਹੀ ਚੂੜਾ ਜਿਹੜਾ ਮਸਾਂਦ ਲੈ ਕੇ ਆਇਆ ਸੀ ਮੈਂ ਇਸ ਨੂੰ ਸਾਹਮਣੇ ਰੱਖਿਆ ਸੀ ਇਹ ਤੇ ਮਹਾਰਾਜ ਨੂੰ ਪਤਾ ਲੱਗਿਆ ਬੜਾ ਹਾਲ ਦੁਆਈਆਂ ਪਾਉਂਦੀ ਐ ਰੌਲਾ ਪਾਉਂਦੀ ਐ ਚੋਰ ਆ ਗਿਆ ਚੋਰੀ ਕਰਕੇ ਲੈ ਚੱਲੇ ਸਕੂਲ ਟਾਲ ਇਜਾਮ ਲਾਉਂਦੀ ਪਈ ਐ ਸਿੱਖਾਂ ਨੇ ਕੋਈ ਗੱਲ ਨਹੀਂ ਸੁਣੀ ਐ ਛੇਤੀ ਨਾਲ ਦੌੜ ਕੇ ਮਹਾਰਾਜ ਕੋਲ ਪਹੁੰਚੇ ਹਾਂ ਨਾ ਅਦਭੁਤ ਚੂਰਾ ਸੁੰਦਰ ਦੇਖਾ ਸਤਿਗੁਰੂ ਪਾਤਸ਼ਾਹ ਸੰਗਤ ਵਿੱਚ ਬੈਠੇ ਸਨ ਮਹਾਰਾਜ ਕਹਿਣ ਲੱਗੇ ਇਸ ਚੂੜੇ ਦਾ ਕਪੜਾ ਲਾ ਕੇ ਨਾ ਉਤਾਰ ਕੇ ਸਾਰੀ ਸੰਗਤ ਨੂੰ ਵਿਖਾਓ ਸਾਰਿਆਂ ਨੂੰ ਦੱਸੇ ਸਾਰੇ ਵੇਖ ਲਓ ਜਦੋਂ ਵੇਖਿਆ ਕਹਿਣ ਲੱਗੇ ਉਹ ਚੂੜਾ ਬਹੁਤ ਜ਼ਿਆਦਾ ਸੁੰਦਰ ਤੇ ਸੋਹਣਾ ਹੈ ਸਿੱਖ ਪਰ ਕਿੰਨੀ ਖੁਸ਼ੀ ਵਿਸ਼ੇਖਾ ਸਾਰੀ ਸੰਗਤ ਆਸ਼ ਆਸ਼ ਕਰ ਉੱਠੀ ਮਹਾਰਾਜ ਇੰਨਾ ਸੁੰਦਰ ਚੂੜਾ ਕਿੰਨਾ ਸੋਹਣਾ ਬਣਿਆ ਨिके ਨिके ਨਗ ਲੱਗੇ ਹੋਏ ਹੀਰੇ ਲੱਗੇ ਹੋਏ ਚੂੜਾ ਚਮਕਦਾ ਮਾਤਾ ਸੁੰਦਰੀ ਵਾਸਤੇ ਮਾਤਾ ਜੀਤੋ ਵਾਸਤੇ ਉਹਨਾਂ ਨੇ ਭੇਜਿਆ ਵੀ ਕੋਈ ਵੀ ਪਰਿਵਾਰ ਵਿੱਚੋਂ ਮਹਾਰਾਜ ਦੇ ਇਤ ਨੂੰ ਪਹਿਨ ਲੈਣਾ ਕਰੇ ਨिके-ਨिके ਹੀਰੇ ਲੱਗੇ ਸਨ ਤੇ ਸੋਨੇ ਦੀ ਕਢਾਈ ਹੋਈ ਤੇ ਗੈਂਡੇ ਦਾ ਬਣਿਆ ਹੋਇਆ ਬੜਾ ਹੀ ਸੋਹਣਾ ਅਤ ਪੁੱਤ ਕਹਿ ਲਗੇ ਐਸਾ ਸੁੰਦਰ ਚੂੜਾ ਸੰਗਤ ਨੇ ਸਾਰੀ ਨੇ ਦੇਖਿਆ ਹੈ ਭਇਓ ਨਿਹਾਲ ਸਕਲ ਦੁੱਖ ਮਿਟਾ ਸਤਿਗੁਰਾਂ ਨੇ ਫਿਰ ਗੁਰਮਖੋ ਚੂੜਾ ਵੇਖ ਕੇ ਨਾ ਉਸ ਵੇਲੇ ਤੇ ਮਹਾਰਾਜਿਆਂ ਨੇ ਫਿਰ ਵੇਖਿਆ ਸਿੱਖ ਦੇ ਵੱਲ ਤੇ ਸਿੱਖ ਦੇ ਵੱਲ ਵੇਖ ਕੇ ਫਿਰ ਮਹਾਰਾਜ ਨੇ ਖੁਸ਼ਾ ਕੀਤਾ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਦਾ ਦੁੱਖ ਬਦਾਰਿਓ ਮਹਾਰਾਜ ਦੀ ਵਸਤੂ ਨੂੰ ਅੰਗੀਕਾਰ ਕਰਦਿਆਂ ਪ੍ਰੇਮ ਦੇ ਵਿੱਚ ਭਿੱਜ ਕੇ ਮੇਰ ਦੀ ਨਜ਼ਰ ਦੇ ਨਾਲ ਤੱਕਿਆ ਮਹਾਰਾਜ ਨੇ ਤੇ ਦੁੱਖੇ ਦੇ ਦੂਰ ਕਰ ਦਿੱਤੇ ਤੇ ਸਤਿਗੁਰੂ ਪਾਤਸ਼ਾਹ ਨੇ ਐਸਾ ਤੱਕਿਆ ਨਿਹਾਲ ਹੀ ਕਰ ਦਿੱਤਾ ਨਿਹਾਲ 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 ਮੰਨ ਕਰਕੇ ਤਨ ਕਰਕੇ ਸਤਗੁਰਾਂ ਨੇ ਨਿਹਾਲ ਕਰ ਦਿੱਤਾ ਤਾਂ ਕਿ ਵਸਤੂ ਨੂੰ ਅੰਗੀਕਾਰ ਕੀਤਾ ਤੇ ਉਸ ਵੇਲੇ ਬਖਸ਼ਿਸ਼ਾਂ ਕੀਤੀਆਂ ਹਨ। ਅੰਤ ਵਿਖੇ ਹੋਏ ਨਾ ਜਮ ਭੇਟਾ। ਸਤਗੁਰੂ ਕਹਿਣ ਲੱਗੇ ਸਿਖਾ ਤੇਰਾ ਚੂੜਾ ਸਾਡੇ ਘਰ ਪ੍ਰਮਾਨ ਹੋਇਆ ਹੈ। ਤੈਨੂੰ ਅਸੀਂ ਬਚਨ ਦਿੰਨੇ ਆਂ। ਅੰਤ ਵੇਲੇ ਤੇਰਾ ਜਮਾ ਨਾਲ ਭੇਟ ਨਹੀਂ ਪਵੇਗਾ। ਅੰਤ ਵੇਲੇ ਤੈਨੂੰ ਜਮ ਨਹੀਂ ਵਿਖਣੇ ਪੈਣਗੇ। ਅੰਤ ਵੇਲੇ ਜਮਾ ਦੇ ਵਸ ਨਹੀਂ ਪਵੇਗਾ। ਨਾਲ ਨਰਾਇਣ ਮੇਰਾ ਜਮਦੂਤ ਇਹ ਸਮਰੱਥਾ ਆ ਗੁਰੂ ਦੇ ਵਿੱਚ ਜਨਮ ਕਾਲ ਕਰ ਜੋੜ ਹੁਕਮ ਹੋਏ ਸੋ ਮੰਨੈ ਪਟਾਣੇ ਲਿਖਿਆ ਮਹਾਰਾਜ ਮੌਤ ਜਨਮ ਦੋਨੇ ਤੁਹਾਡੇ ਹੱਥ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋਤੇ ਨੇ ਚਾਹੋ ਤੇ ਜਨਮ ਦੇ ਦਿਓ ਚਾਹੋ ਤੇ ਮੌਤ ਦੇ ਦਿਓ ਦੋਵੇਂ ਤੁਹਾਡਾ ਹੁਕਮ ਮੰਨਦੇ ਪਏ ਸੀ ਸਮਰੱਥਾ ਤੁਸੀਂ ਰੱਖਦੇ ਹੋ ਸਤਗੁਰ ਮੇਰਾ ਮਾਰ ਜਿਵਾਲੈ ਮਾਰਨ ਦੀ ਸ਼ਕਤੀ ਵੀ ਉਹਦੇ ਵਿੱਚ ਹੈ ਤੇ ਮਰੇ ਨੂੰ ਜਿਉਂਦਾ ਕਰਨ ਦੀ ਵੀ ਸ਼ਕਤੀ ਉਹਦੇ ਵਿੱਚ ਹੈ ਗੁਰੂ ਐਸਾ ਸਮਰੱਥ ਹੈ ਤਾਂ ਲਿਖਿਆ ਗੁਰ ਜੈਸਾ ਨਾਹੀ ਕੋ ਦੇਵ ਕੋਈ ਗੁਰੂ ਵਰਗਾ ਨਹੀਂ ਸਭ ਤੋਂ ਵੱਡਾ ਗੁਰੂ ਹੀ ਹੈ ਸਤਿਗੁਰੂ ਜਦੋਂ ਵੇਖਿਆ ਮੇਰ ਦੀ ਨਜ਼ਰ ਕੀਤੀ ਕਹਿ ਲੱਗੇ ਸਿੱਖਾ ਤੇ ਨੂੰ ਜਮ ਨਹੀਂਓ ਵੇਖਣੇ ਪੈਣਗੇ ਜਮਾਂ ਦਾ ਨਾਲ ਤੇਰਾ ਕਦੇ ਮੱਥਾ ਹੀ ਨਹੀਂ ਲੱਗੇਗਾ ਜਮਾਂ ਵੱਲੋਂ ਮੁਕਤੀ ਹੋ ਗਈ ਪਾਪਾਂ ਵੱਲੋਂ ਮੁਕਤੀ ਹੋ ਗਈ ਆਪ ਮੁਕਤ ਮੁਕਤ ਕਰੈ ਸੰਸਾਰ ਇਹ ਗੁਰੂ ਦੀ ਬਖਸ਼ਿਸ਼ ਹੈ ਗੁਰੂ ਨੂੰ ਲੋਕ ਭੇਟਾ ਐਵੇਂ ਨਹੀਂ ਚੜਾਉਂਦੇ ਲਿਆ ਕੇ ਇਆਂ ਲੋਕਾਂ ਨੂੰ ਅੱਜ ਵੀ ਬੜੀ ਦਰਦ ਹੁੰਦੀ ਐ ਇਸ ਗੱਲ ਦੀ ਇਹ ਕਿਸੇ ਨੇ ਮਹਿੰਗਾ ਰਮਾਲਾ ਕਿਉਂ ਚੜਾ ਦਿੱਤਾ ਇਹ ਗੁਰੂ ਘਰੇ ਫਲਾਣੀ ਵਸਤੂ ਕਿਉਂ ਦੇ ਦਿੱਤੀ ਐ ਇੱਥੇ ਕੀ ਲੋੜ ਸੀ ਇਹ ਕਿਤੇ ਬਾਹਰ ਦੇ ਦੇਣਾ ਚਾਹੀਦਾ ਸੀ ਗੁਰੂ ਘਰ ਦੇ ਵਿੱਚ ਲੋਕ ਸੋਨਾ ਵੀ ਭੇਟ ਕਰਦੇ ਲੋਕ ਜ਼ਮੀਨਾਂ ਭੇਟ ਕਰਦੇ ਸੋਨਾ ਰਮਾਲਾ ਭੇਟ ਕਰਦੇ ਸੋਹਣੇ ਬਸਤਰ ਭੇਟ ਕਰਦੇ ਤੇ ਕਈ ਵੇਖਣ ਵਾਲੇ ਆਖਦੇ ਗੁਰੂ ਨੂੰ ਤੇ ਕੋਈ ਲੋੜ ਨਹੀਂ ਐ ਇਹ ਬਾਹਰ ਕਿਸੇ ਹੋਰ ਨੂੰ ਦੇ ਦਿੰਦੇ ਇੱਥੇ ਦੇਣ ਦੀ ਕੀ ਲੋੜ ਹੈ ਆਪਾਂ ਵੇਖਦੇ ਨਾ ਦਰਬਾਰ ਸਾਹਿਬ ਕਿੰਨੀਆਂ ਕੀਮਤੀ ਵਸਤੂਆਂ ਲੋਕ ਸੋਨਾ ਤੱਕ ਦੇ ਕੇ ਜਾਂਦੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਪਾਂ ਵੇਖਦੇ ਰਹਿੰਦੇ ਤੇ ਕੁਝ ਲੋਕ ਆਖਦੇ ਵੀ ਇੱਥੇ ਕੀ ਲੋੜ ਹੈ ਦੇਣ ਦੀ ਆ ਚੂੜੇ ਵਾਲੀ ਸਾਖੀ ਆਪਾਂ ਸਰਵਨ ਕੀਤੀ ਹੈ ਨਾ ਮਾਰਾ ਇਹਦੇ ਚੂੜਾ ਪਾਇਆ ਵੀ ਨਹੀਂ ਚੂੜਾ ਕਿਸੇ ਨੇ ਪੈਨੇ ਆ ਕੇਵਲ ਆਇਆ ਹੀ ਐ ਆਖਿਆ ਤੈਨੂੰ ਜਾਮੀ ਨਹੀਂ ਵਿਖਨੇ ਪੈਣਗੇ ਇਹ ਚੂੜਾ ਤੇਰੀ ਸ਼ਰਦਾ ਤੂੰ ਇੰਨਾ ਮਹਿੰਗੀ ਵਸਤੂ ਨੂੰ ਤੇਰੇ ਵਿੱਚ ਸ਼ਰਦਾ ਸੀ ਤੇ ਤਾਂ ਆਪਾਂ ਕਿਸੇ ਨੂੰ 5 ਰੁਪਏ ਨਹੀਂ ਦਿੰਦੇ ਬਿਨਾ ਮਤਲਬ ਤੇ ਕਿਸੇ ਖਾਸ ਰਿਸ਼ਤੇਦਾਰ ਦੇ ਜਵਾਕ ਨੂੰ ਪੈਸਾ ਦੇ ਦਈਏ ਨਾ ਤਾਂ ਅਗਲੀ ਏਰੀ ਉਹਦੇ ਘਰੇ ਗਿਆ ਆਪਾਂ ਨੂੰ ਨਾ ਮਿਲਣ ਤੇ ਜੀਰੀ ਆਪਾਂ ਦਿੰਦੇ ਕੋਈ ਨਹੀਂ ਇਹਨੇ ਸਾਨੂੰ ਨਹੀਂ ਦਿੱਤਾ ਅਸੀਂ ਵੀ ਨਹੀਂ ਦੇਣਾ ਪਰ ਗੁਰੂ ਦੇ ਕੋਲ ਜੇ ਕੋਈ ਕੀਮਤੀ ਵਸਤੂ ਲੈ ਕੇ ਆਉਂਦਾ ਤੇ ਉਹਦਾ ਗੁਰੂ ਨਾਲ ਕਿੰਨਾ ਪਿਆਰ ਹੋਵੇਗਾ ਕਿੰਨੀ ਭਾਵਨਾ ਹੋਵੇਗੀ ਤਾਂ ਹੀ ਲਈ ਹੈ ਨਾ ਵਸਤੂ ਉਹਨੇ ਜੇ ਗੁਰੂ ਘਰੇ ਵਸਤੂ ਧਨ ਆਉਂਦਾ ਤੇ ਉਸ ਧਨ ਦਾ ਫਿਰ ਲੰਗਰ ਵੀ ਚੱਲਦਾ ਸੰਗਤ ਵਾਸਤੇ ਜੋ ਵੀ ਤੇ ਸੰਗਤ ਛਕਦੀ ਆ ਗੁਰੂ ਘਰ ਦੇ ਕੰਮ ਚੱਲਦੇ ਉਹ ਵੀ ਸਾਰੇ ਸੰਗਤ ਵਾਸਤੇ ਤੇ ਲੋੜਵੰਦਾਂ ਦੀ ਮਦਦ ਹੁੰਦੀ ਆ ਤਾਂ ਹੀ ਹੁੰਦੀ ਆ ਜੇ ਸੰਗਤਾਂ ਤੇ ਸਿੱਖ ਲਿਆ ਕੇ ਦਿੰਦੇ ਤੇ ਗੁਰੂ ਕੋਲ ਜਿਹੜੀ ਵਸਤੂ ਆਉਂਦੀ ਐ ਥੋ ਫਿਰ ਮੁਕਤੀ ਮਿਲ ਜਾਂਦੀ ਸਤਿਗੁਰੂ ਨਿਹਾਲ ਹੋ ਕੇ ਸਭ ਕੁਝ ਹੀ ਬਖਸ਼ਿਸ਼ ਕਰ ਦਿੰਦੇ ਮਾਫੀ ਦੇ ਦਿੰਦੇ ਇਸ ਕਰਕੇ ਜਿੰਨੇ ਬਾਹਰ দান ਕਰਨਾ ਉਹ ਜੀ ਖੁਸ਼ੀ ਰੱਜ ਕੇ ਕਰੋ ਕਰਨਾ ਵੀ ਚਾਹੀਦਾ ਕਿਸੇ ਗਰੀਬ ਲੋਟਬੰਦ ਨੂੰ ਵੇਖ ਕੇ ਪਰ ਜਿਹੜੀ ਇਹ ਗੱਲ ਕਹਿ ਦਿੰਦੀ ਮੈਂ ਗੁਰੂ ਨੂੰ ਕਰਨ ਦੀ ਲੋੜ ਹੀ ਨਹੀਂ ਐ ਤੇ ਫੇਰਾ ਸਿੱਖ ਨੂੰ ਚੂੜਾ ਮਹਾਰਾਜ ਦੇ ਘਰ ਲਿਆਉਣ ਦੀ ਲੋੜ ਨਹੀਂ ਸੀ ਰਾਹ ਵਿੱਚ ਜਾਂਦਾ ਕਿਸੇ ਵਿਆਹ ਦੇ ਵਿੱਚ ਕਿਸੇ ਬੀਬੀ ਨੂੰ ਫੜਾ ਦਿੰਦਾ ਵੀ ਲੈ ਤੂੰ ਪਾਲਾ ਸੇਵਾ ਤੇ ਉੱਥੇ ਵੀ ਪ੍ਰਵਾਨ ਹੋ ਜਾਣੀ ਸੀ ਪਰ ਜਿਹੜਾ ਮੁਕਤੀ ਦਾ ਵਚਨ ਹੋਇਆ ਉਹ ਤਾਂ ਹੋਇਆ ਵੀ ਉਹ ਗੁਰੂ ਦੇ ਕੋਲ ਵਸਤੂ ਆਈ ਹੈ ਗੁਰੂ ਨੇ ਔੰਗੀਕਾਰ ਕੀਤੀ ਹੈ ਇੱਕ ਉਹ ਸਾਖੀ ਨਹੀਂ ਹੈ ਇਹ ਇਹਦੇ ਵਰਗੀਆਂ ਕਈ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਵੀ ਸਿੱਖ ਬੜੀਆਂ-ਬੜੀਆਂ ਬਹੁ ਮੁੱਲੀਆਂ ਵਸਤੂਆਂ ਗੁਰੂ ਸਾਹਿਬ ਦੇ ਸਮੇਂ ਲੈ ਕੇ ਆਉਂਦੇ ਜਿਵੇਂ ਦਿਸ਼ਾਲਿਆਂ ਦੀ ਸਾਖੀ ਆਪਾਂ ਸਰਵਨ ਕਰਦੇ ਆਂ ਵੀ ਪੱਟੀ ਦੇ ਰਾਜੇ ਕੋਲੋਂ ਦਿਸ਼ਾਲੇ ਕਢਵਾਏ ਸ਼ਾਹ ਜਹਾਨ ਬਾਦਸ਼ਾਹ ਦੇ ਸੰਮਣ ਬੁਰਜ ਵਿੱਚੋਂ ਦੋਨੇ ਘੋੜੇ ਕੱਢੇ ਇਹ ਆਇਆ ਤੇ ਸਾਰਾ ਕੁਝ ਮਹਾਰਾਜ ਵਾਸਤੇ ਹੀ ਹੈ ਨਾ ਪਿੱਛੇ ਆਪਾਂ ਇਤਿਹਾਸ ਨੇ ਸਰਵਣ ਕੀਤਾ ਸੀ ਇੱਕ ਸਿੱਖ ਚਿੱਟੇ ਰੰਗ ਦਾ ਹਾਥੀ ਲੈ ਕੇ ਆਇਆ ਮਹਾਰਾਜ ਵਾਸਤੇ ਤੇ ਜੇ ਸਾਡੇ ਵਰਗੇ ਉਦੋਂ ਹੁੰਦੇ ਤੇ ਪੀੜ ਸਾਨੂੰ ਉਦੋਂ ਵੀ ਹੋਣੀ ਸੀ ਵੀ ਮਹਾਰਾਜ ਨੇ ਕਿਹੜਾ ਰੋਜ਼ ਹਾਥੀ ਤੇ ਬਹਿਣਾ ਹਾਥੀ ਦੀ ਥਾਂ ਤੇ ਮਹਾਰਾਜ ਕੁਝ ਹੋਰ ਲੈ ਆਉਂਦੇ ਸਿੱਖ ਕੁਝ ਹੋਰ ਲੈ ਆਉਂਦਾ ਲੋਕ ਸ਼ਸਤਰ ਵੀ ਲੈ ਕੇ ਆਉਂਦੇ ਘੋੜੇ ਵੀ ਲੈ ਕੇ ਆਉਂਦੇ ਹਾਥੀ ਵੀ ਲੈ ਕੇ ਆਉਂਦੇ ਮਹਾਰਾਜ ਅੰਗੀਕਾਰ ਵੀ ਕਰਦੇ ਉਦੋਂ ਵੀ ਅੰਗੀਕਾਰ ਕਰਦੇ ਸਨ ਤੇ ਅੱਜ ਵੀ ਅੰਗੀਕਾਰ ਕਰਦੇ ਮਹਾਰਾਜ ਜੀ ਦਾ ਬਚਨ ਹੈ ਨਾ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਫਰਕ ਕੋਈ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਫਰਕ ਜਾਣਦਾ ਫਿਰ ਉਹ ਸਿੱਖ ਨਹੀਂ ਹੈ ਜਿਹੜਾ ਸਿੱਖ ਨਹੀਂ ਹੈ ਉਹ ਫਿਰ ਮੁਕਤ ਨਹੀਂ ਹੋਵੇਗਾ ਇਹ ਗੁਰਮੁਖੋ ਵਸਤੂਆਂ ਅੱਜ ਨਹੀਂ ਆ ਰਹੀਆਂ ਇਹ ਉਦੋਂ ਵੀ ਆਉਂਦੀਆਂ ਸਨ ਤੇ ਅੱਜ ਵੀ ਆਉਂਦੀਆਂ ਤੇ ਆਉਣ ਵਾਲੇ ਸਮੇਂ ਵਿੱਚ ਆਉਂਦੀਆਂ ਹੀ ਰਹਿਣੀਆਂ ਭਾਵੇਂ ਕੋਈ ਕਿੰਨਾ ਮਰਜ਼ੀ ਯਤਨ ਕਰੀ ਜਾਵੇ ਕਿੰਨਾ ਮਰਜ਼ੀ ਕੋਈ ਦੁੱਖ ਮੰਨੀ ਜਾਵੇ ਜਿਹੜਾ ਕੋਈ ਦਾ ਦੁਰਪਯੋਗ ਕਰੇਗਾ ਉਹਦੀ ਸਜ਼ਾ ਵੀ ਉਹਨੂੰ ਮਿਲੇਗੀ ਸਜ਼ਾ ਦੇਣ ਵਾਲਾ ਵੀ ਉਹ ਹੈ ਮਾਰੈ ਰੱਖੈ ਸਾਰੇ ਜਾਨੇ ਮਿਲ ਕੇ ਆਖੀਏ ਮਾਰੈ ਰੱਖੈ ਕਿਨੂੰ ਮਾਰਨਾ ਕਿਨੂੰ ਰੱਖਣਾ ਕਿਨੂੰ ਡੰਡ ਦੇਣਾ ਕਿਨੂੰ ਸਤਕਾਰ ਦੇਣਾ ਸਭ ਕੁਝ ਉਹਦੇ ਹੱਥ ਵਿੱਚ ਹੀ ਹੈ ਤੂੰ ਆਪਣੇ ਕੋਲੋਂ ਸਾਰਿਆਂ ਦੀ ਤਕਦੀਰ ਦਾ ਫੈਸਲਾ ਕਰਨ ਵਾਲਾ ਨਾ ਬਣ ਫੈਸਲਾ ਆਪੇ ਕਰੇਗਾ ਤੂੰ ਕਰਮ ਕਰਿਆ ਕਰਮ ਕਰਮ ਦਾ ਫਲ ਆਪ ਲੈ ਕਾਹੂ ਫਲ ਕੀ ਇੱਛਾ ਨਹੀਂ ਰੱਖੈ ਮਹਾਰਾਜ ਦੇ ਬਚਨ ਨੇ ਇਛਾ ਤੋ ਰਹਿ ਤੋ ਕੇ ਸਤਿਗੁਰਾਂ ਨੇ ਤੱਕਿਆ ਸਿੱਖ ਦੇ ਵੱਲ ਕਹਿਣ ਲੱਗੇ ਅੰਤ ਵੇਲੇ ਤੈਨੂੰ ਜਮ ਨਹੀਂ ਵੇਖਣੇ ਪੈਣਗੇ ਸਿੱਖਾ ਤੈਨੂੰ ਨਿਹਾਲ ਕਰ ਦਿੱਤਾ ਤੂੰ ਤੇ ਤੇਰਾ ਪਰਿਵਾਰ ਮੁਕਤ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਆਂ ਮਹਾਰਾਜ ਐਸੇ ਸਮਰੱਥ ਨੇ ਮੁਕਤੀ ਸਾਰਿਆਂ ਨੂੰ ਦੇ ਦਿੰਦੇ ਸਭ ਪਰਿਵਾਰ ਚੜਾਇਆ ਬੇੜੇ ਮੁਕਤੀ ਦੇ ਬੇੜੇ ਤੇ ਸਾਰਾ ਪਰਿਵਾਰ ਮਹਾਰਾਜ ਨੇ ਬਿਠਾ ਕੇ ਮੁਕਤ ਕਰ ਦਿੱਤਾ ਹੈ। ਪੁੰਚੇਤੋ ਕੋ ਭੋਜਨ ਕੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਤੇ ਬਖਸ਼ਿਸ਼ਾਂ ਕੀਤੀਆਂ। ਹੁਣ ਮਹਾਰਾਜ ਹੋ ਗਿਆ ਚੇਤੋ ਵਾਲੇ ਪਾਸੇ ਕਹਿਣ ਲੱਗੇ ਸੁਣੋ ਚੇਤੋ। ਚੇਤੋ ਨੇ ਵਖਿਆ ਮਹਾਰਾਜ ਦੇ ਵੱਲ। ਮਹਾਰਾਜ ਫਿਰ ਕਿਹੜੇ-ਕਿਹੜੇ ਨੂੰ ਵਜਨ ਕਰਦੇ ਡੰਡ ਦੇਣ ਵਾਲੇ। ਤੇ ਇਹਨੂੰ ਡੰਡ ਵੀ ਕਿਵੇਂ ਦੇਣਗੇ ਸਜ਼ਾ ਕਿਵੇਂ ਦੇਣਗੇ। ਔਰ ਬਾਕੀ ਮਸੰਦਾਨ ਨੂੰ ਸਜ਼ਾ ਕਿਵੇਂ ਮਿਲੇਗੀ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਲਿਖਿਆ ਕਤਹ ਨਾ ਛੂਟੀ ਐ ਬਖਸ਼ਣਹਾਰ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ